मीरा जी का कलाम बिल्कुल नया दोस्तों की फरमाइश से शहनशाह मेरे शहनशाह मेरे किबला दा मेरे तेरे खास दरवाजे दी कुतियां मैं खास दरवाजे कुतिया मैं तेरे साए थले आन लुकियां मैं चक्की पीसने वाली चक्की पीसने वाली चूड़े ठड़ियां हाथ दोहा कना नजर मन दूर तू चक्की पीस दी पीस दी ना थकिया आसमानी तारा है आसमानी तारा है जी ओ जग विच दुखिया दा आरजू पता केड़ी करनी है देखा हमने सारा जहां 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 देखो सारा दल मीर मेरा अब्दुल कादर कादरी है दुश्मन मेरी मीर मेरा अब्दुल कादर अमीरा समझ कर मेरा
ਮੁਰਸ਼ਿਦਾਂ ਦਾ ਮੇਲਾ ਸਿਰਫ ਲਾਸਟ ਐਟਮ, ਉਸ ਤੋਂ ਬਾਅਦ ਇੱਕ ਐਟਮ, ਉਸ ਤੋਂ ਬਾਅਦ ਡਰਾਮਾ ਸ਼ੁਰੂ। ਮਲੰਗਣੀ ਅੱਜ ਲੱਗਾ ਹੈ ਮੀਰਾਂ ਦਾ ਮੇਲਾ ਤੇ ਅਸੀਂ ਦੇਖੋ ਮੇਲਾ ਸੁਣਨਾ। ਹੈਲੋ, ਈਦ ਕਿਸ ਨੂੰ ਆਖਦੇ ਆ? ਮੇਲਾ ਉਦੋਂ ਹੁੰਦਾ ਹੈ ਜਦੋਂ ਤੋਂ ਮਿਲ ਪਵੇ। ਮੇਲਾ ਕਦੋਂ ਹੁੰਦਾ ਹੈ? ਜਦੋਂ ਤੋਂ ਮਿਲ ਪਵੇ। ਚੱਲੀਏ ਈਦ ਉਦੋਂ ਹੁੰਦੀ ਹੈ ਜਦੋਂ ਮੁਰਸ਼ਦ ਦੀ ਦੀਦ ਹੋ ਜਾਵੇ। ਰਜਬ ਗੜਾ ਸ਼ਰਾਬ ਕਾ ਟੂਟ ਗਿਆ ਵਿੱਚ ਗੰਗ, ਜ਼ਾਤ ਸਫਾਤ ਸਭ ਮਿਟ ਗਈ ਜਦੋਂ ਰਲੇ ਮੁਰਸ਼ਦ ਕੇ ਸੰਗ। ਪਾਣੀ ਭਰਨ ਪਨਿਆਰੀਆਂ ਰੰਗੋ ਰੰਗ ਘੜੇ, ਉਹ ਭਰਿਆ ਉਹਦਾ ਜਾਣੀਏ ਜਿਹਦਾ ਤੋੜ ਚੜੇ। ਤੋੜ ਕਿੰਨੇ ਮੁਰਸ਼ਦ ਦੀ ਯਾਦ ਨੇ ਤੇਰੇ ਪਾਕ ਦਰਬਾਰ ਦੀ, ਤੇਰੇ ਪਾਕ ਦਰਬਾਰ ਦੀ ਕਸਮ ਸਾਈਆਂ, ਤੇਰੇ ਬੂਹੇ ਤਿਆਂ ਨੇ ਦੀ ਚਸਿਆ, ਤੇਰੇ ਬੂਹੇ ਤੇ ਹੁਣੇ ਦੀ ਚਸਿਆ ਗਈ। ਤੇ ਅੱਜ ਦੁੱਖੜੇ ਸਣਾਉਣੇ ਦੀ ਚਸਿਆ ਗਈ। ਅਸਗਰ ਮੁੱਦਤਾਂ ਦਾ ਮੀਰਾ ਰੁਸਿਆ ਸੀ ਤੇ ਅੱਜ ਪੀਰ ਮਨਾਉਣ ਦੀ ਚਸ ਆ ਗਈ। ਸੋਨੇ ਦੇ ਗਾਨੇ ਨੇ, ਉਹ ਜਿੰਨੇ ਇੱਥੇ ਆਏ ਨੇ ਸਾਰੇ ਮੀਰਾਂ ਦੇ ਦੀਵਾਨੇ। ਚਿੱਟਾ ਖੋੜੀ ਦਾ ਪੈਰ ਹੋਵੇ, ਚਿੱਟਾ ਖੋੜੀ ਦਾ ਪੈਰ ਹੋਵੇ, ਜਿੱਥੇ ਮੇਰਾ ਮੀਰਾ ਵਸਦਾ ਉਸ ਨਗਰੀ ਦੀ ਕੈਰ ਹੋਵੇ। ਮੇਰੇ ਮੀਰਾਂ ਦੀ ਸਰਕਾਰ ਅੱਜ ਤੇਰਾ ਮੇਲਾ, 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 ਮੇਰੇ ਮੀਰਾਂ ਦੀ ਸਰਕਾਰ। ਸਰਕਾਰ
ਪ੍ਰਵਾਨ ਕਰਿਆ ਕਰੋ ਚੌਧਰੀ ਸ਼ਰਵਿੰਦਰ ਹੁੰਦੇ ਨਾ ਦੀ ਮੀਰਾ ਜੀ ਸਰਕਾਰ ਦੇ ਨਾਂ ਦੀ ਵੇਲ ਇਹ ਚੌਰੀ ਸ਼ਰੀਫ ਦੇ ਨਾਂ ਦੀ ਵੇਲ ਇਹ ਸ਼ਰੀਫ ਮਰਹੂਮ ਦੇ ਇਹ ਸੋਮੀ ਮਰਹੂਮ ਦੇ ਨਾਂ ਦੀ ਵੇਲ ਖੈਰ ਇਹ ਸੋਮੀ ਮਰਹੂਮ ਦੇ ਨਾਂ ਦੀ ਵੇਲ 200 ਰੁਪਏ ਦੀ ਵੇਲ ਇਹ ਬੇਸਹਾਬੇ ਅਰਬੀਆਂ ਦੀ ਵੇਲ ਸੰਤ ਚੋਰੀ ਚੋਰੀ ਸੰਤ ਚੋਰੀ ਚੋਰੀ ਤੱਕ ਦੱਸ ਹੱਸੇ ਦਾ ਹੌਲੀ ਹੌਲੀ ਤਾਰਿਆਂ ਦਾ ਵੀ ਪਿਆ ਵਸਦਾ ਇਸ ਦੁਨੀਆ ਦੇ ਮੋੜ ਔਰ ਰੱਬ ਨਜ਼ੀਰ ਕਰੇ ਜੇ ਰਹਿਮਤ ਤੇ ਟੁੱਟੀਆਂ ਦੇ ਘਬਰਾਉਂਦੇ ਕਿਉਂ ਵਜ਼ੀਰ ਤੇਰੀ ਗੱਲ ਬਜਾ ਹੈ ਉਹਦੀ ਜਦੋਂ ਰਹਿਮਤ ਹੁੰਦੀ ਹੈ ਬਿਲਕੁਲ ਤੇ ਇਸ ਚੀਜ਼ ਤੋਂ ਮੈਂ ਬੜੇ ਪਰੇਸ਼ਾਨ ਹਾਂ ਕੋਈ ਮੈਨੂੰ ਮਸ਼ਵਰਾ ਦੇ ਮਸ਼ਵਰਾ ਜਨਾਬ ਪੰਡਿਤ ਨੂੰ ਬੁਲਾ ਕੇ ਲਿਆ ਆਪਣਾ ਚਤਰਦੇਵ ਪੰਡਿਤ ਸ਼ਾਹੀ ਪੰਡਿਤ ਆਪਣਾ ਹਾਂ ਉਹਨੂੰ ਬੁਲਾ ਕੇ ਲਿਆਈਏ ਜਾਓ ਬੁਲਾ ਕੇ ਅਲਾਦ ਦੇ ਬਾਰੇ ਜਿਵਨ ਬੋਲਦੇ ਆ ਹਾਂ ਠੀਕ ਹੈ ਪੰਡਿਤ ਜੀ ਮਹਾਰਾਜ ਪੈਰੀ ਪੈਣੇ ਆ ਪਵੋ ਪਵੋ ਸਾਡੀ ਕਿਹੜਾ ਸੀਐਨਜੀ ਖਤਮ ਹੋਣ ਦੇ ਪੰਡਿਤ ਜੀ ਮਹਾਰਾਜ ਕਿਸ ਵਾਸਤੇ ਯਾਦ ਕੀਤਾ ਜੀ ਕਿਸ ਵਾਸਤੇ ਆਏ ਆ ਜੀ ਜਿਸ ਵਾਸਤੇ ਆਏ ਉਸ ਵਾਸਤੇ ਆਏ ਕਿਸ ਵਾਸਤੇ ਤੁਹਾਨੂੰ ਰਾਜਾ ਸਾਹਿਬ ਨੇ ਬੁਲਾਇਆ ਕੀ ਗੱਲ ਅਸੀਂ ਤਾਂ ਕੋਈ ਮੁਸ਼ਕਵਾਨ ਹੀ ਨਹੀਂ ਕੀਤਾ ਕਿਸ ਵਾਸਤੇ ਯਾਦ ਕੀਤਾ ਮੈਨੂੰ ਨਹੀਂ ਪਤਾ ਆਇਓ ਜੀ ਅੱਛਾ ਜੀ ਕੀ ਕਹਿੰਦੇ ਨਾਲ ਉਹ ਕਹਿੰਦੇ ਆ ਕਿ ਆਪਣੀ ਜਨਮ ਪੱਤਰੀ ਨਾਲ ਲੈ ਕੇ ਆਓ ਔਲਾਦ ਦੇ ਬਾਰੇ ਟੇਬਾ ਲਵਾਓ ਅੱਛਾ ਜੀ ਲੈ ਚੱਲਦੇ ਆ ਜੀ ਜਨਮ ਪੱਤਰੀ ਲੈ ਚੱਲਦੇ ਆ ਜਾਓ ਜੀ ਤਾਜ਼ੀ ਔਲਾਦ ਜਿਹੜੀਆਂ ਮਸਾਲਿਆਂ ਵਾਲੀ ਔਲਾਦ ਰੁਪਈਏ ਦੇ 20 ਮੁੰਡੇ ਚੱਕ ਲਓ ਜੀ ਆਜੋ ਜੀ ਆਜੋ ਜੀ ਆਜੋ ਅਦਾਬ ਅਰਜਨਾ ਅਦਾਬ ਅਰਜਨਾ ਪੰਡਿਤ ਜੀ ਪੈਰੀ ਪੈਣੇ ਆ ਪਈ ਜੋ ਸਾਡਾ ਘਰ ਪੈਟਰੋਲ ਖਤਮ ਹੋਣ ਦੇ ਆ ਪੰਡਿਤ ਸਾਹਿਬ ਤੁਹਾਨੂੰ ਪਤਾ ਵੀ ਕਿਸ ਵਾਸਤੇ ਤੁਹਾਨੂੰ ਯਾਦ ਕੀਤਾ ਕਿਸ ਵਾਸਤੇ ਯਾਦ ਕੀਤਾ ਜੀ ਮਹਾਰਾਜ ਮੈਂ ਅੱਜ ਬਹੁਤ ਉਦਾਸ ਪਰੇਸ਼ਾਨ ਹੈ ਬੜੀ ਦੇਰ ਤੋਂ ਤੁਹਾਨੂੰ ਤਨਖਾਹਾਂ ਦਿੰਦੇ ਆ ਮੁਫਤ ਦੀਆਂ ਤੇ ਅੱਜ ਮੈਨੂੰ ਇਹ ਦੱਸਣਾ ਵੀ ਮੇਰੇ ਕਰਮਾਂ ਚ ਔਲਾਦ ਹੈ ਜਾਂ ਕਿ ਨਹੀਂ ਅੱਛਾ ਜੀ ਤੁਹਾਡੇ ਕਰਮਾਂ ਚ ਔਲਾਦ ਹੈ ਜਾਂ ਨਹੀਂ ਅਸੀਂ ਟੇਵਾ ਲਾ ਕੇ ਦੱਸਦੇ ਹਾਂ ਜੀ ਜਨਮ ਪੱਤਰੀ ਤੇ ਜੀ ਦੇਖੋ ਦੇਖੋ ਅਸੀਂ ਹੁਣੇ ਦੱਸ ਦਿੰਦੇ ਹਾਂ ਜੀ ਆਹ ਦੇਖੋ ਜੀ ਜਨਮ ਪੱਤਰੀ ਤੇ ਆਹ ਦੇਖੋ ਜੀ ਨਿਆਣੇ ਆਹ ਦੇਖੋ ਜੀ ਨਿਆਣੇ ਕਿੱਦਾਂ ਕ੍ਰਿਕਟ ਖੇਡਣਦੇ ਪਰਮਾਤਮਾ ਨੂੰ ਯਾਦ ਕਰਕੇ ਇੱਥੇ ਆਪਣੀ ਉਂਗਲੀ ਰੱਖੋ ਜੀ ਅਸੀਂ ਹੁਣੇ ਦੱਸ ਦਿੰਦੇ ਤੁਹਾਡੇ ਕੋਲ ਔਲਾਦ ਹੈ ਜਾਂ ਨਹੀਂ ਅੱਛਾ ਜੀ ਇਹ ਬਿਸਮਿਲ੍ਲਾ ਚੱਕ ਲਓ ਜੀ ਇਹ ਕੀ ਹੋਇਆ ਇਹ ਮਸੂਬਾਬੰਦੀ ਚ ਜਾ ਪਤਾ ਜੀ ਫੇਰ ਰੱਖੋ ਜੀ ਦੁਬਾਰਾ ਪੰਡਿਤ ਜੀ ਤੁਹਾਡਾ ਮੈਨੂੰ ਸ਼ੁਕਰ ਵੀ ਅੱਛਾ ਨਹੀਂ ਲੱਗ ਰਿਹਾ ਅੱਛਾ ਜੀ ਅੱਛਾ ਮੈਂ ਬਹੁਤ ਪਰੇਸ਼ਾਨ ਹਾਂ ਅੱਛੇ ਤਰੀਕੇ ਨਾਲ ਦੇਖੋ ਇੱਕ ਵਾਰੀ ਫੇਰ ਰੱਖੋ ਜੀ ਬਿਸਮਿਲ੍ਲਾ
ਅੱਗੇ ਨਾਲੋਂ ਵੀ ਭੈੜਾ ਕੰਮ ਹੋ ਗਿਆ ਜੀ। ਕੀ ਹੋ ਗਿਆ? ਖੁਸਰੇ ਵਾਲੇ ਵਰਗ ਫਸ ਗਏ ਮਹਾਰਾਜ। ਤੁਹਾਡੀ ਉਂਗਲੀ ਨੂੰ ਖਰੇ ਸੀਰਾ ਲੱਗਾ, ਉਂਗਲੀ ਸਾਫ ਕਰਕੇ ਰੱਖੋ। ਅੱਛਾ ਬਿਸਮਿਲਲਾਹ। ਤੁਹਾਡੇ ਕਰਮਾਂ ਚੋਂ ਲਾ। ਇੱਥੇ ਇੱਕ ਮੁੰਡਾ ਸੀ ਖਰੇ, ਮੁੰਡਾ ਚਾਹ ਪੀਣ ਚਲ ਗਿਆ। ਮੁਬਾਰਕ ਹੋਵੇ ਜੀ, ਤੁਹਾਡੇ ਕਰਮਾਂ ਚੋਂ ਔਲਾਦ ਹੈ। ਜਨਾਬ ਜਨਾਬ, ਮਹੱਲਾ ਦੇ ਵਿੱਚੋਂ ਗੋਲੀ ਹਾਜ਼ਰ ਹੋਈ ਆ। ਅੱਛਾ, ਕਿ ਤੁਹਾਡੇ ਘਰ ਲੜਕਾ ਪੈਦਾ ਹੋ ਗਿਆ। ਮੁਬਾਰਕ ਹੋ, ਮੁਬਾਰਕ ਹੋ ਪੰਡਿਤ ਜੀ। ਲੜਕਾ ਕਿੱਦਾਂ ਪੈਦਾ ਹੋ ਗਿਆ? ਪਤਰੀ ਹੋ ਦਾਦੀ ਆ ਕੀ ਲੜਕਾ 35 ਮਿੰਟ ਲੇਟ। ਹਾਂਜੀ, ਲੜਕਾ ਹੋ ਗਿਆ। ਹਾਂਜੀ ਹੋ ਗਿਆ। ਤੇ ਇਹ ਤੇ ਕੋਈ ਗਰੋਹ? ਹਾਂਜੀ ਮਹਾਰਾਜ, ਗਰੋਹ ਮੁਸੀਬਤ ਦੇਖੋ ਇਸ ਤੇ ਕੋਈ। ਪਤਰੀ ਦੱਸ ਰਹੀ ਆ ਹਾਂ ਕਿ ਇੱਥੇ ਗਰੋਹ ਬਹੁਤ ਸਖਤ ਆ। ਕਿਦਾਂ ਦਾ? 12 ਸਾਲ ਭੋਰਾ ਪਟਾਇਆ ਜਾਏ। ਅੱਛਾ, ਉਹਦੇ ਵਿੱਚ ਲੜਕੇ ਨੂੰ ਰੱਖਿਆ ਜਾਏ। ਹਾਂ, 12 ਸਾਲ ਬਾਅਦ ਲੜਕਾ ਤੁਹਾਡੇ ਮੱਥੇ ਲੱਗ ਸਕਦਾ। ਅਗਰ ਜੇ ਪਹਿਲੇ ਲੱਗ ਗਿਆ, ਪਹਿਲੇ ਲੱਗ ਗਿਆ ਲੜਕੇ ਦੀ ਜ਼ਿੰਦਗੀ ਖਤਰੇ 'ਚ ਆ। ਜੇ ਤੁਸੀਂ ਮੱਥੇ ਲੱਗੋ ਤਾਂ ਤੁਹਾਡੀ ਜ਼ਿੰਦਗੀ ਖਤਰੇ 'ਚ। ਨਹੀਂ ਤਾਂ ਅੱਜ ਤਾਂ 6 ਮਹੀਨੇ ਬਿਮਾਰ ਪੈਣਾ ਹੀ ਪੈਣਾ ਜੀ। ਪੰਡਿਤ ਜੀ, ਮੈਂ ਤੁਹਾਡਾ ਇਹ ਮਸ਼ਵਰਾ ਮੰਨਿਆ। ਹਾਂਜੀ, ਅਰਜ਼ ਇੰਨੀ ਹੈ, ਜੇ ਮੈਂ ਇਹਨੂੰ ਭੋਲੇ 'ਚ ਦਾਖਲ ਕਰ ਦਿੱਤਾ, ਇਹ ਬਾਦਸ਼ਾਹਾਂ ਦਾ ਬੱਚਾ ਆ, ਇਹ ਅਨਪੜ੍ਹ ਰਹਿ ਜਾਊਗਾ। ਕੀ ਹੋਣਾ ਚਾਹੀਦਾ ਜੀ? ਤੁਸੀਂ ਨਾਲ ਜਾਣਾ। ਨਹੀਂ ਨਹੀਂ ਜੀ, ਨਹੀਂ। ਉਹ ਕਿਉਂ? ਆ ਪਤਰੀ ਹੋਰ ਦੱਸਣ ਲਈ ਆ ਕੀ ਲੜਕਾ ਵਾਪਸ ਹੋ ਰਿਹਾ ਜੀ। ਆਰਾਮ ਦੇ ਜਾ ਸਕਦਾ ਜੀ ਮਹਾਰਾਜ? ਕਿਉਂ ਨਹੀਂ ਜਾ ਸਕਦਾ? ਮੈਨੂੰ ਜ਼ਰੂਰੀ ਘਰ ਕੰਮ ਆ, ਬਹੁਤ ਜ਼ਰੂਰੀ। ਉਹ ਕੀ ਕੰਮ ਹੈ ਤੈਨੂੰ? ਮੈਨੂੰ ਕੋਈ ਜ਼ਰੂਰੀ ਘਰ ਕੰਮ ਬਹੁਤ ਜ਼ਰੂਰੀ ਆ ਜੀ। ਦੱਸਦਾ ਸਹੀ ਕੀ ਕੰਮ ਹੈ? ਸਾਡੀ ਬੱਕਰੀ ਸੋਣੇ ਵਾਲੀ ਹੈ ਜੀ। ਬੱਕਰੀ ਵੀ ਨਾਲ ਹੀ? ਨਾਲ ਹੀ ਲੈ ਜਾਓ, ਚਲੋ। ਹਾਂਜੀ 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 ਜਨਾਬ, ਪੰਡਿਤ ਨੇ ਟੇਵਾ ਲਾਇਆ ਤੇ ਰਾਜੇ ਸਲਵਾਨ ਦੇ ਘਰ ਅੱਲਾ ਦੀ ਜ਼ਾਤ ਨੇ ਲੜਕਾ ਦਿੱਤਾ ਤੇ ਪੂਰਨ ਭੋਰੇ ਦੇ ਵਿੱਚ। ਹੁਣ ਜਨਾਬ ਪੂਰਨ ਮਹਿਫਲ ਦੇ ਵਿੱਚ ਆਉਂਦਾ, ਦੇਖਣਾ ਕੈਸੇ ਆਉਂਦਾ। ਇਹ ਕਾਬਲ ਬਾਤ ਹੈ, ਕਿਉਂਕਿ ਬੂਹੇ ਵਲੀਆਂ ਦੇ ਐਵੇਂ ਨਹੀਂ ਲੋਕ ਆਉਂਦੇ ਵਲੀ ਰੱਬ ਦੇ ਮਿਲਣ ਦਾ।